ਤਾਂ ਬੇਹੱਦ ਮੰਦਭਾਗੀ ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਦੋ ਪੰਜਾਬੀ ਨੌਜਵਾਨਾਂ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਦੋਨੇ ਨੌਜਵਾਨ 23 ਸਾਲ ਦੇ ਸਨ ਅਤੇ ਦਸੂਹਾ ਦੇ ਇੱਕੋ ਪਿੰਡ ਦੇ ਰਹਿਣ ਵਾਲੇ ਸਨ। ਦੋਨੇ ਨੌਜਵਾਨ ਬਾਹਰ ਅਮਰੀਕਾ ਦੇ ਵਿੱਚ ਟਰਾਲਾ ਚਲਾਉਂਦੇ ਸੀ, ਰੋਂਗ ਸਾਈਡ ਤੋਂ ਆ ਰਿਹਾ ਟਰਾਲਾ ਇਹਨਾਂ ਦੇ ਟਰਾਲੇ 'ਚ ਵੱਜਦਾ ਹੈ, ਜਿਸ ਕਰਕੇ ਮੁੰਡਿਆਂ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਜਿਹੜੇ ਟਰਾਲੇ ਦੇ ਵਿੱਚ ਇਹ ਜਾ ਰਹੇ ਸੀ, ਉਸ ਟਰਾਲੇ ਨੂੰ ਹਾਦਸੇ ਤੋਂ ਬਾਅਦ ਪਛਾਣਿਆ ਵੀ ਨਹੀਂ ਜਾ ਰਿਹਾ ਸੀ ਕਿ ਟਰੱਕ ਕਿਹੜੀ ਕੰਪਨੀ ਦਾ ਸੀ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ, ਤੁਹਾਨੂੰ ਦਿਖਾ ਰਹੇ ਹਾਂ ਟਰਾਲੇ ਦਾ ਕੀ ਹਾਲ ਹੋਇਆ ਹੈ। ਟਰਾਲੇ ਨੂੰ ਕੱਟ ਕੇ ਇਹਨਾਂ ਦੋਨਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ, ਤਾਂ ਇਹਨਾਂ ਦੇ ਘਰ ਦੇ ਵਿੱਚ, ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਜਦ ਦੀ ਇਹ ਖਬਰ ਇਹਨਾਂ ਤੱਕ ਪਹੁੰਚੀ ਹੈ ਤਾਂ ਦੱਸ ਦਈਏ ਕਿ ਦੋ ਨੌਜਵਾਨ ਜੋ ਕਿ ਦਸੂਹਾ ਦੇ ਇੱਕੋ ਪਿੰਡ ਦੇ ਰਹਿਣ ਵਾਲੇ ਸਨ ਅਤੇ ਨੌਜਵਾਨਾਂ ਦੀ ਦੋਨਾਂ ਦੀ ਅਮਰੀਕਾ ਦੇ ਵਿੱਚ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਹੁਸ਼ਿਆਰਪੁਰ ਦੇ ਦਸੂਹਾ ਦੇ ਪਿੰਡ ਟੇਰ ਕੇਆਣਾ ਜਿੱਥੇ ਦੇ ਦੋਨੇ ਨੌਜਵਾਨ ਰਹਿਣ ਵਾਲੇ ਸੀ, ਰੋਜ਼ੀ ਰੋਟੀ ਕਮਾਉਣ ਦੇ ਲਈ ਅੱਜ ਤੋਂ 2 ਸਾਲ ਪਹਿਲਾਂ ਅਮਰੀਕਾ ਗਏ ਸੀ। ਇਹ ਦੋਵੇਂ ਨੌਜਵਾਨ ਅਮਰੀਕਾ ਦੇ ਵਿੱਚ ਇਕੱਠੇ ਰਹਿੰਦੇ ਸੀ, ਦੇਖ ਸਕਦੇ ਹੋ ਤਸਵੀਰਾਂ ਵੀ। ਚੰਗੀਆਂ ਗੱਡੀਆਂ ਇਹਨਾਂ ਨੇ ਲੈ ਲਈਆਂ ਸੀ, ਟਰਾਲਾ ਚਲਾ ਚਲਾ ਕੇ ਕਾਫੀ ਅੱਛਾ ਪੈਸਾ ਅਰਨ ਕਰ ਰਹੇ ਸੀ, ਘਰ ਵੀ ਭੇਜ ਰਹੇ ਸੀ ਪੈਸਾ। ਤਾਂ ਦੱਸ ਦਈਏ ਕਿ ਕੈਲੀਫੋਰਨੀਆ ਤੋਂ ਜਦ ਇਹ ਨਿਊ ਮੈਕਸੀਕੋ ਬੀਤੇ ਦਿਨਾਂ ਦੇ ਵਿੱਚ ਜਾ ਰਹੇ ਸੀ, ਤਾਂ ਰਾਹ ਦੇ ਵਿੱਚ ਇੱਕ ਰੋਂਗ ਸਾਈਡ ਤੋਂ ਆ ਰਿਹਾ ਟਰਾਲਾ ਇਹਨਾਂ ਦੇ ਵਿੱਚ ਟਕਰਾਉਂਦਾ ਹੈ, ਜਿਸ ਕਰਕੇ ਦੋਨਾਂ ਦੀ ਮੌਕੇ 'ਤੇ ਮੌਤ ਹੋ ਜਾਂਦੀ ਹੈ। ਤਾਂ ਦੱਸ ਦਈਏ ਕਿ ਦੋਨੇ ਨੌਜਵਾਨ ਮੈਕਸੀਕੋ ਦੇ ਹਾਈਵੇ ਨੰਬਰ 144 'ਤੇ ਜਾ ਰਹੇ ਸੀ, ਤਾਂ ਗਲਤ ਸਾਈਡ ਤੋਂ ਇੱਕ ਟਰਾਲਾ ਆ ਗਿਆ, ਜਿਸ ਕਰਕੇ ਐਕਸੀਡੈਂਟ ਹੋ ਗਿਆ ਅਤੇ ਦੋਨਾਂ ਦੀ ਮੌਤ ਹੋ ਗਈ। ਤਾਂ ਦੱਸ ਦਈਏ ਕਿ ਕਈ ਘੰਟਿਆਂ ਦੀ ਮੁਸ਼ਕਤ ਤੋਂ ਬਾਅਦ ਇਹਨਾਂ ਦੋਹਾਂ ਨੂੰ ਬਾਹਰ ਕੱਢਿਆ ਗਿਆ। ਤਾਂ ਦੱਸ ਦਈਏ ਦੋਨਾਂ ਦੀ ਪਹਿਚਾਣ ਹੋ ਗਈ ਹੈ, ਇੱਕ ਦਾ ਨਾਮ ਸੁਖਜਿੰਦਰ ਸਿੰਘ ਦੱਸਿਆ ਜਾ ਰਿਹਾ ਹੈ, ਜਿਸ ਦੀ ਉਮਰ 23 ਸਾਲ ਹੈ, ਅਤੇ ਦੂਜੇ ਦਾ ਸਿਮਰਨਜੀਤ ਸਿੰਘ ਨਾਮ ਦੱਸਿਆ ਜਾ ਰਿਹਾ ਹੈ। ਇਹ ਵੀ 23 ਸਾਲਾਂ ਦਾ ਨੌਜਵਾਨ ਸੀ, ਦੋਨੇ ਖਾਸ ਮਿੱਤਰ ਸਨ, ਅਮਰੀਕਾ ਦੇ ਵਿੱਚ ਵੀ ਇਕੱਠੇ ਰਹਿੰਦੇ ਸੀ। ਜਿਹੜਾ ਸੁਖਜਿੰਦਰ ਸਿੰਘ ਸੀ, ਇਹ 3 ਭੈਣਾਂ ਦਾ ਇਕਲੌਤਾ ਭਰਾ ਸੀ, ਪਰਿਵਾਰ ਦਾ ਇਕੱਲਾ ਵਾਰਿਸ ਸੀਗਾ, ਅਤੇ ਸਿਮਰਨਜੀਤ ਸਿੰਘ ਇਹ ਵੀ ਮਾਪਿਆਂ ਦਾ ਇਕਲੌਤਾ ਪੁੱਤ ਸੀ। ਚੰਗੀ ਕਮਾਈ ਕਰਨ ਦੇ ਲਈ, ਚੰਗੇ ਭਵਿੱਖ ਦੇ ਲਈ ਅਮਰੀਕਾ ਗਏ ਸੀ, ਉੱਥੇ ਟਰਾਲਾ ਚਲਾਉਂਦੇ ਸੀ, ਘਰ ਬਾਰ ਵੀ ਅੱਛਾ ਬਣਾ ਲਿਆ ਸੀ, ਖੇਤੀਬਾੜੀ ਕਰਦੇ ਨੇ ਦੋਹਾਂ ਦੇ ਪਿਤਾ, ਅਤੇ ਚੰਗਾ ਭਵਿੱਖ ਬਣਾਉਣ ਦੇ ਲਈ, ਜਿਵੇਂ ਪੰਜਾਬ ਦੇ ਨੌਜਵਾਨ ਜ਼ਿਆਦਾਤਰ ਵਿਦੇਸ਼ਾਂ ਵੱਲ ਰੁੱਖ ਕਰ ਰਹੇ ਨੇ, ਇਹਨਾਂ ਦੋਨਾਂ ਨੌਜਵਾਨਾਂ ਨੇ ਵੀ ਬਾਹਰ ਜਾਣ ਦਾ ਫੈਸਲਾ ਅੱਜ ਤੋਂ 2 ਸਾਲ ਪਹਿਲਾਂ ਲਿਆ, ਅਤੇ ਦੋਨੇ ਨੌਜਵਾਨ ਅਮਰੀਕਾ ਗਏ, ਅਮਰੀਕਾ ਜਾ ਕੇ ਟਰਾਲਾ ਚਲਾਉਣਾ ਸਿੱਖਿਆ, ਉੱਥੋਂ ਦਾ ਲਾਇਸੈਂਸ ਲਿਆ, ਅਤੇ ਹੁਣ ਟਰਾਲਾ ਚਲਾਉਣ ਲੱਗ ਗਏ ਸੀ। ਰੈਗੂਲਰ ਟਰਾਲਾ ਚਲਾਉਂਦੇ ਸੀ, ਵੱਡੇ ਵੱਡੇ ਟੂਰ ਲੈ ਕੇ ਜਾਂਦੇ ਸੀ, ਤਾਂ ਇਸੇ ਤਰੀਕੇ ਵਾਂਗ ਕੈਲੀਫੋਰਨੀਆ ਤੋਂ ਨਿਊ ਮੈਕਸੀਕੋ ਜਾ ਰਹੇ ਸੀ, ਤਾਂ ਰਾਹ ਦੇ ਵਿੱਚ ਸਾਹਮਣਿਓ ਇੱਕ ਰੋਂਗ ਸਾਈਡ ਟਰਾਲਾ ਆ ਜਾਂਦਾ ਹੈ, ਆਪਸ ਦੇ ਵਿੱਚ ਦੋਨੇ ਟਕਰਾਉਂਦੇ ਨੇ, ਜਿਸ ਕਰਕੇ ਦੋਨੇ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ। ਮਹਿਜ਼ 23 ਸਾਲਾਂ ਦੇ ਸੀ ਦੋਨੇ, ਪੱਕੇ ਮਿੱਤਰ ਸਨ, ਬਾਹਰ ਵੀ ਇਕੱਠੇ ਰਹਿੰਦੇ ਸੀ, ਦੋਨਾਂ ਨੇ ਆਪਦੀਆਂ ਚੰਗੀਆਂ ਗੱਡੀਆਂ ਲੈ ਰੱਖੀਆਂ ਸੀ ਅਤੇ ਟੂਰ 'ਤੇ ਵੀ ਇਕੱਠੇ ਜਾਂਦੇ ਸੀ, ਇੱਕੋ ਟਰਾਲੇ 'ਚ ਸਵਾਰ ਹੋ ਕੇ ਬੀਤੇ ਦਿਨਾਂ ਵਿੱਚ ਜਾ ਰਹੇ ਸੀ, ਤਾਂ ਐਕਸੀਡੈਂਟ ਹੋ ਗਿਆ। ਹੁਣ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ, ਦੋਹੇ ਪਰਿਵਾਰਾਂ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ, ਕਿਉਂਕਿ ਇੱਕ ਮੁੰਡਾ 3 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਦੂਜਾ
ਜਿਹੜਾ ਮੁੰਡਾ ਸੀ ਉਹ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਸੀ। ਤਾਂ ਦੇਖ ਸਕਦੇ ਹੋ ਕਿੱਡਾ ਵੱਡਾ ਦੁੱਖਾਂ ਦਾ ਪਹਾੜ ਟੁੱਟਿਆ ਹੈ ਦੋਨੇ ਪਰਿਵਾਰਾਂ 'ਤੇ। ਤਾਂ ਵੱਡੀ ਖਬਰ ਹੈ ਦਸੂਹਾ ਤੋਂ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਨੌਜਵਾਨ ਜੋ ਕਿ ਅਮਰੀਕਾ ਦੇ ਵਿੱਚ ਰਹਿੰਦੇ ਸੀ, ਟਰਾਲਾ ਚਲਾਉਂਦੇ ਸੀ, ਦੋਹਾਂ ਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਹੈ। ਸੁਖਜਿੰਦਰ ਸਿੰਘ ਕਿੰਨਾ ਸਮਾਂ ਹੋ ਗਿਆ ਸੀ? 2 ਸਾਲ। ਕਿਵੇਂ ਕੀ ਗੱਲਬਾਤ ਹੋਈ? ਐਕਸੀਡੈਂਟ ਹੋਏ ਦਾ ਸਾਨੂੰ ਪਤਾ ਲੱਗਾ। ਕਿਸੇ ਨੂੰ ਕਿਵੇਂ ਪਤਾ ਲੱਗਾ ਜੀ? ਭਤੀਜੇ ਨੇ ਦੱਸਿਆ। ਕੀ ਕੰਮ ਕਰਦਾ ਸੀ ਉੱਥੇ? ਉੱਥੇ ਟਰਾਲਾ ਚਲਾਉਂਦਾ ਸੀ। ਲਾਸਟ ਟਾਈਮ ਕਦੋਂ ਗੱਲਬਾਤ ਹੋਈ ਤੁਹਾਡੀ? ਰਾਤ ਫਿਰ ਉੱਥੇ 8 ਵਜੇ ਤੋਂ ਬਾਅਦ ਫਿਰ ਇਹੋ ਕਹਿੰਦੇ ਸੀ ਪੂਰਾ ਹੋ ਗਿਆ ਜਦੋਂ ਫੋਨ ਲਾਏ। ਹਾਂਜੀ, ਤੁਹਾਡੀ ਲਾਸਟ ਟਾਈਮ ਕਦੋਂ ਗੱਲਬਾਤ ਹੋਈ ਸੀ ਆਪਣੇ ਬੇਟੇ ਨਾਲ? ਪਹਿਲਾਂ ਸਵੇਰੇ ਹੋਈ ਸੀ 10 ਵਜੇ ਨਾਲ। ਕੀ ਗੱਲਬਾਤ ਕੀਤੀ? ਕਹਿੰਦੇ ਡੈਡੀ ਪੈਸੇ ਪੁਸੇ ਦੀ ਨਹੀਂ ਲੋੜ, ਤੁਹਾਡੇ ਅਕਾਊਂਟ 'ਚ ਪੈਸੇ ਹੈਗੇ। ਕਿੰਨਾ ਕੁ ਸਮਾਂ ਹੋਇਆ ਉੱਥੇ ਗਏ ਨੂੰ? ਕੀ ਕੰਮ ਕਰਦੇ ਸੀ ਉੱਥੇ? 2 ਸਾਲ ਹੋਏ ਗਏ ਨੂੰ। 2 ਸਾਲ ਹਾਂਜੀ ਗਏ ਹੋਏ ਟਰਾਲਾ ਚਲਾਉਂਦੇ। ਬੜੀ ਦੁਖਦਾਈ ਖਬਰ ਆ ਕੀ? ਹਾਂਜੀ ਸਰਕਾਰ, ਹਾਂਜੀ ਹੁਣ ਸਾਡੀ ਉਹ ਮਿਲ ਜਾਵੇ ਬੋਡੀ, ਡੈਡ ਬੋਡੀ ਜਿਹੜੀ ਇੱਥੇ ਪਹੁੰਚੇ ਤਾਂ ਵਧੀਆ ਗੱਲ ਹੈ। ਪੰਜਾਬ ਲਿਆ? ਹਾਂਜੀ ਪੰਜਾਬ। ਹਾਂਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹਰਵਿੰਦਰ ਸਿੰਘ। ਕੀ ਰਿਸ਼ਤਾ ਲੱਗਦਾ? ਮੇਰਾ ਭਤੀਜਾ ਲੱਗਦਾ। ਕੀ ਗੱਲਬਾਤ ਹੋਈ ਜੀ? ਬਸ ਠੀਕ ਠਾਕ ਆ, ਟਰੱਕ ਚਲਾਉਂਦੇ ਸੀ, ਐਕਸੀਡੈਂਟ ਹੋਇਆ ਰਾਤ ਪਤਾ ਲੱਗਾ। ਕਿਵੇਂ ਕੀ ਹੋਇਆ ਐਕਸੀਡੈਂਟ? ਕਿਵੇਂ ਪਤਾ ਲੱਗਾ ਕਿਵੇਂ ਐਕਸੀਡੈਂਟ ਹੋਇਆ? ਐਕਸੀਡੈਂਟ ਸਾਡੇ ਉੱਥੋਂ ਮੁੰਡਿਆਂ ਦਾ ਫੋਨ ਕੀਤਾ, ਕੋਈ ਸੁੱਤਾ ਸੀਗਾ ਦੂਸਰੀ ਸਾਈਡ ਦਾ ਡਰਾਈਵਰ, ਉਹ ਨਾਣ ਕੇ ਟੱਪ ਕੇ ਤੇ ਇੱਧਰ ਨੂੰ ਟਰਾਲਾ ਆ ਗਿਆ, ਇਹ ਜਾ ਕੇ ਵਿੱਚ ਵੱਜੇ। ਅਮਰੀਕਾ 'ਚ ਕਿਹੜੀ ਜਗ੍ਹਾ 'ਤੇ ਐਕਸੀਡੈਂਟ ਹੋਇਆ? ਪਰਿਵਾਰ ਵਿੱਚ ਉਹਦੇ ਮੰਮੀ ਡੈਡੀ ਆ, ਤਿੰਨ ਭੈਣਾਂ। ਤਿੰਨ ਭੈਣਾਂ ਦਾ ਇਕਲੌਤਾ ਇਕਲੌਤਾ ਪਿਤਾ ਕੀ ਕੰਮ ਕਰਦੇ? ਖੇਤੀ ਕਰਦੇ। ਇੱਕ ਘਰ ਦੀ ਹਾਲਤ ਕਿਹੋ ਜਿਹੀ? ਬਹੁਤ ਮਾੜੀ ਹੋਊ ਇਸ ਤੋਂ ਬਾਅਦ। ਪਰਿਵਾਰ ਦੀ ਗਰੀਬੀ ਦੂਰ ਕਰਨ ਲਈ ਵਿਦੇਸ਼ ਗਿਆ? ਵਿਦੇਸ਼ ਗਿਆ। ਸਰਕਾਰ ਤੋਂ ਕੀ ਮੰਗ ਕਰਨੀ ਚਾਹੁੰਦੇ? ਸਰਕਾਰ ਤੋਂ ਇਹ ਕੰਮ ਮੰਗ ਕਰਦੇ, ਇੱਕ ਤਾਂ ਉਹਦੀ ਡੈਡ ਬੋਡੀ ਭਾਰਤ ਲਿਆਂਦੀ ਜਾਵੇ, ਇੱਕ ਕੋਈ ਬਣਦਾ ਬੁਣਦਾ ਸਰਕਾਰ ਜੋ ਵੀ ਇਹਨਾਂ ਨੂੰ ਦੇਵੇ, ਵੱਧ ਤੋਂ ਵੱਧ ਮਦਦ ਕਰੇ ਸਰਕਾਰ। ਪੁਸ਼ਪਿੰਦਰ ਸਿੰਘ ਕੀ ਲੱਗਦਾ ਸੀ? ਮੈਂ ਫੁੱਫੜਾਂ ਜਿਹਨਾਂ ਦਾ। ਕੀ ਬੇਟੇ ਦਾ ਕੀ ਨਾਮ? ਸਿਮਰਨਜੀਤ ਸਿੰਘ। ਕੀ ਗੱਲਬਾਤ ਹੋਈ ਜੀ ਉੱਥੇ? ਕਿਵੇਂ ਐਕਸੀਡੈਂਟ ਹੋਇਆ? ਇਹ ਕੈਲੀਫੋਰਨੀਆ ਤੋਂ ਨਿਊ ਮੈਕਸੀਕੋ ਨੂੰ ਜਾ ਰਹੇ ਸੀਗੇ ਜੀ, ਰਸਤੇ 'ਚ ਇੱਕ ਟਰਾਲਾ ਦੂਸਰੇ ਪਾਸੇ ਰੋਡ ਤੋਂ ਕ੍ਰੋਸ ਕਰਕੇ ਡਿਵਾਈਡਰ ਟੱਪ ਕੇ ਇਹਨਾਂ ਦੀ ਗੱਡੀ ਨਾਲ ਜਾ ਟਕਰਾਇਆ, ਜਿਹਨਾਂ ਕਰਕੇ ਬਹੁਤ ਵੈਰੀ ਬੈਡ ਐਕਸੀਡੈਂਟ ਹੋਇਆ, ਜਿਹਦੀ ਵਜ੍ਹਾ ਨਾਲ ਇੱਥੋਂ ਟੇਰਕਿਆਣੇ ਦੇ ਜਿਹੜੇ ਦੋ ਬੱਚੇ ਸੀਗੇ, ਦੋਨਾਂ ਦੀ ਏਜ ਤਕਰੀਬਨ 22 ਤੋਂ 23 ਸਾਲ ਦੇ ਵਿੱਚ ਸੀਗੇ, ਦੋਨੇ ਐਟ ਦਾ ਸਪੋਟ ਮੌਕੇ 'ਤੇ ਦੋਨਾਂ ਦੀ ਡੈਥ ਹੋ ਗਈ। ਪਰਿਵਾਰ ਨੂੰ ਕਿਵੇਂ ਪਤਾ ਲੱਗਿਆ ਜੀ? ਪਰਿਵਾਰ ਨੂੰ ਉਹਨਾਂ ਦੇ ਇੱਕ ਦੋਸਤ ਨੇ ਫੋਨ ਕੀਤਾ, ਅਤੇ ਪਰਿਵਾਰ ਨੂੰ ਜਦੋਂ ਲੱਗਾ ਫਿਕਰ ਵੀ ਫੋਨ ਨਹੀਂ ਚੱਕ ਰਿਹਾ, ਫਿਰ ਉਹਨਾਂ ਨਾਲ ਕੰਟੈਕਟ ਵਗੈਰਾ ਕੀਤੇ ਸਾਰਿਆਂ ਨੇ, ਤਾਂ ਫਿਰ ਉਹਨੂੰ ਦੱਸਿਆ ਵੀ ਨਹੀਂ ਹੀ ਹੈਵ ਏ ਨੋ ਮੋਰ, ਹੀ ਹੈਜ਼ ਗੋਨ। ਕਿੰਨਾ ਕੁ ਸਮਾਂ ਹੋ ਗਿਆ ਸੀ ਜੀ? 1.5 ਸਾਲ ਹੋਇਆ ਜੀ। ਹਾਂਜੀ, ਪੰਜਾਬ 'ਚ ਗੱਲ ਕਰੀਏ ਤਾਂ ਫਾਦਰ ਸਾਹਿਬ ਕੀ ਕਰਦੇ? ਖੇਤੀਬਾੜੀ ਕਰਦੇ ਆ ਜੀ। ਘਰ ਦੀ ਹਾਲਤ ਕਿਹੋ ਜਿਹੀ ਹੈ ਅਤੇ ਪਰਿਵਾਰ 'ਚ ਕੌਣ ਕੌਣ ਹੈ? ਪਰਿਵਾਰ 'ਚ ਇੱਕ ਉਹਨਾਂ ਦੀ ਸਿਸਟਰ, ਉਹ ਵਿਆਹੀ ਹੈ ਛੋਟੀ, ਅਤੇ ਦੂਸਰੇ ਉਹਨਾਂ ਦੇ ਗ੍ਰੈਂਡਫਾਦਰ ਹੈਗੇ ਸਿਮਰਨਜੀਤ ਸਿੰਘ ਦੇ। ਘਰ ਦੀ ਹਾਲਤ ਕਿਹੋ ਜਿਹੀ? ਕੋਈ ਬਹੁਤੀ ਵਧੀਆ ਨਹੀਂ ਹੈ, ਹੁਣ ਇਹਨੂੰ ਰੋਟੀ ਰੋਜ਼ੀ ਦੀ ਬਾਹਰ ਕਮਾਉਣ ਭੇਜਿਆ ਸੀਗਾ, ਅਤੇ ਹੁਣ ਕੋਈ ਹਾਲਾਤ ਸੁਧਰਨ ਦੇ ਦਿਨ ਸੀਗੇ, ਅਜੇ ਤਾਂ ਜਿੰਨੇ ਕੁ ਪੈਸੇ ਲਾ ਕੇ ਭੇਜੇ ਉਹ ਵੀ ਨਹੀਂ ਉਤਰੇ ਸੀਗੇ ਅਜੇ।
ਰੱਬ ਪਹਿਲਾਂ ਵਿਛੋੜਾ ਦੇ ਗਿਆ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਟਾਊਨ ਫੇਅਰ ਮਿਨਿਸਟਰੀ ਤੋਂ ਇਹ ਮੰਗ ਕਰਦੇ ਹਾਂ ਕਿ ਬੱਚਿਆਂ ਦੀ ਜੋ ਕਾਰਵਾਈ ਕਰਕੇ ਉੱਥੇ ਜੋ ਵੀ ਬਣਦਾ ਉਹਨਾਂ ਦਾ ਹੱਕ ਉਹਨੂੰ ਦਵਾ ਕੇ ਉਹਨਾਂ ਦੀ ਡੈੱਡ ਬੋਡੀ ਜਿਹੜੀ ਇੱਥੇ ਭੇਜੀ ਜਾਵੇ ਤਾਂ ਕਿ ਉਹਨਾਂ ਦਾ ਅੰਤਿਮ ਸੰਸਕਾਰ ਅਸੀਂ ਉਹਨਾਂ ਦੀ ਜਨਮ ਭੂਮੀ 'ਤੇ ਕਰ ਸਕੀਏ। ਧੰਨਵਾਦ। ਹਾਂਜੀ, ਮੈਂ ਸਰਪੰਚ ਟੇਰਕਿਆਂ ਨਾ, ਅੱਜ ਰਾਤ ਜਿਹੜੀ ਲੰਘੀ ਹੈ ਉਸ ਰਾਤ ਸਾਨੂੰ ਇੱਕ ਫੋਨ ਆਇਆ ਬਾਹਰੋਂ ਅਮੈਰੀਕਾ ਤੋਂ ਕਿ ਮੇਰੇ ਪਿੰਡ ਦੇ ਦੋ ਮੁੰਡੇ ਟਰੱਕ ਚਲਾਉਂਦੇ ਸੀ, ਇਕੱਠੇ ਹੀ ਟੀਮ 'ਚ ਚੱਲਦੇ ਸੀ, ਇੱਕੋ ਟਰੱਕ 'ਤੇ ਸੀਗੇ ਦੋਨੋਂ, ਉਹਨਾਂ ਦਾ ਐਕਸੀਡੈਂਟ ਹੋ ਗਿਆ। ਤਾਂ ਉਸ ਤੋਂ ਬਾਅਦ 'ਚ ਫਿਰ ਫੋਨ ਫਾਨ ਕੀਤੇ ਨੇ, ਸਾਰੇ ਪਾਸੇ ਪਤਾ ਕੀਤਾ, ਹਾਂ ਵੀ ਕਹਿੰਦੇ ਮੁੰਡੇ ਦੋਨੋਂ ਹੀ ਐਕਸਪਾਇਰ ਹੋ ਗਏ ਟਰੱਕ ਦੇ ਵਿੱਚ ਹੀ। ਬੜਾ ਦਰਦਨਾਕ ਹਾਦਸਾ ਹੋਇਆ, ਉਹਨਾਂ ਨੂੰ ਟਰੱਕ ਦੇ ਵਿੱਚੋਂ ਕੱਢਣ ਲਈ ਵੀ ਘੱਟੋ ਘੱਟ 6 ਘੰਟੇ ਦਾ ਸਮਾਂ ਲੱਗਾ ਜੋ ਸਾਨੂੰ ਜਾਣਕਾਰੀ ਮਿਲੀ ਹੈ। ਤਾਂ ਬਹੁਤ ਦੁਖਦਾਈ ਖਬਰ ਹੈ ਜੀ। ਮੇਰੇ ਦੋਨਾਂ ਦੀ, ਇੱਕ ਦੀ 22 ਸਾਲ ਸੀਗੀ ਜੀ, ਇੱਕ ਦੀ 23.5 ਸਾਲ। ਇੱਕ ਨੂੰ 1.5 ਸਾਲ ਹੋਇਆ ਜੀ, ਇੱਕ ਨੂੰ 2 ਸਾਲ ਹੋਏ ਨੇ ਗਏ ਨੂੰ। ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਜੀ, ਸਾਨੂੰ ਉਹਨਾਂ ਦੀਆਂ ਡੈੱਡ ਬੋਡੀਆਂ ਇੰਡੀਆ ਲਿਆਉਣ 'ਚ ਸਾਡੀ ਮਦਦ ਕੀਤੀ ਜਾਵੇ। ਜਿਹੜਾ ਭਾਣਾ ਵਾਪਰਨਾ ਸੀ ਪਰਮਾਤਮਾ ਨੂੰ ਜੋ ਮਨਜ਼ੂਰ ਸੀ ਉਹ ਤਾਂ ਹੋ ਗਿਆ। ਹੁਣ ਅਸੀਂ ਇਹੀ ਸਰਕਾਰ ਕੋਲੋਂ ਵੀ ਇਹੀ ਮੰਗ ਕਰਦੇ ਹਾਂ ਕਿ ਉਹਨਾਂ ਦੀਆਂ ਡੈੱਡ ਬੋਡੀਆਂ ਪਲੀਜ਼ ਕਿਸੇ ਤਰੀਕੇ ਵੀ ਇੰਡੀਆ ਲਿਆਂਦੀਆਂ ਜਾਣ, ਕਿ ਜੋ ਉਹਨਾਂ ਦਾ ਪਰਿਵਾਰ, ਉਹਨਾਂ ਦੀਆਂ ਮਾਮਾ, ਉਹਨਾਂ ਦੇ ਭਰਾ ਭੈਣ, ਉਹਨਾਂ ਦੇ ਛਿਕਲੀ ਵਾਰ ਦੇ ਦਰਸ਼ਨ ਕਰ ਸਕਣ। ਅਸੀਂ ਪ੍ਰਸ਼ਾਸਨ ਕੋਲੋਂ ਇਹੀ ਮੰਗ ਕਰਾਂਗੇ ਜੀ। ਦੂਸਰਾ ਇੱਕ ਗੱਲ ਮੈਂ ਛੋਟੀ ਜਿਹੀ ਹੋਰ ਕਹਿਣੀ ਚਾਹਾਂਗਾ, ਇੱਥੇ ਸਰਕਾਰਾਂ ਸਾਡੀਆਂ ਇੱਥੇ ਰੁਜ਼ਗਾਰ ਪੈਦਾ ਕਰਨ, ਅਤੇ ਸਾਨੂੰ ਆਪਣੇ ਜਿਗਰ ਦੇ ਟੁਕੜੇ ਵਿਦੇਸ਼ਾਂ 'ਚ ਨਾ ਭੇਜਣੇ ਪੈਣ। ਇਹੀ ਮੇਰੀ ਮੰਗ ਹੈ। ਪਲੀਜ਼ ਸਰਕਾਰਾਂ ਨੂੰ ਵੀ ਇਹੀ ਚਾਹੀਦਾ ਵੀ ਇੱਥੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਸਾਡੇ ਨੌਜਵਾਨ ਬਾਹਰ ਨਾ ਜਾਣ, ਇਹੋ ਜਿਹੇ ਹਾਦਸਿਆਂ ਦੇ ਸ਼ਿਕਾਰ ਨਾ ਹੋਣ, ਮਾਮਾਂ ਦੇ ਲੱਕ ਨਾ ਟੁੱਟਣ। ਇਕੱਲੇ ਇਕੱਲੇ ਪੁੱਤ ਸੀ, ਦੋਨੇ ਇਕੱਲੇ ਇਕੱਲੇ ਭਰਾ ਸੀ, ਦੋਨਾਂ ਦੇ ਘਰ ਹੀ ਉੱਜੜ ਗਏ ਨੇ ਜੀ। ਹਜੇ ਤੱਕ ਤਾਂ ਇਹਨਾਂ ਕੋਲੋਂ ਆਪਣੇ ਜਿਹੜੇ ਪੈਸੇ ਲਾ ਕੇ ਗਏ ਨੇ ਉਹ ਕਰਜ਼ਾ ਵੀ ਨਹੀਂ ਉਤਰਿਆ। ਮੈਂ ਇਹੀ ਦੁਬਾਰਾ ਵਾਰ ਵਾਰ ਸਰਕਾਰ ਕੋਲ ਮੰਗ ਕਰਾਂਗਾ ਜੀ, ਉਹਨਾਂ ਦੀ ਡੈੱਡ ਬੋਡੀਆਂ ਪਿੰਡ ਇੰਡੀਆ ਲਿਆਉਣ ਦੇ ਵਿੱਚ ਸਾਡੀ ਹੈਲਪ ਕੀਤੀ ਜਾਵੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।